ਸਾਸੀਗਾਲ ਆਦਾਬ ਨਮਸਤੇ ਹਾਜ਼ਰ ਹਾਂ ਜੀ ਇੱਕ ਹੋਰ ਵੀਡੀਓ ਲੈ ਕੇ ਜੇਕਰ ਹਾਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਅਗਰ ਘੰਟੀ ਦਾ ਬਟਨ ਜ਼ਰੂਰ ਨੱਪ ਦਿਓ ਤਾਂ ਕਿ ਕੋਈ ਵੀਡੀਓ ਪਾਈ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਜ਼ਰੂਰ ਮਿਲ ਜਾਏ ਇਹ ਵੀਡੀਓ ਥੋੜ੍ਹੀ ਜੀ ਚੁੱਭੂਗੀ ਕਈਆਂ ਦੇ ਜਦੋਂ ਵਿਆਹ ਹੁੰਦਾ ਆਪਣੇ ਜਾਂ ਕਿਸੇ ਦੇ ਵੀ ਘਰੇ ਪੰਜਾਬੀਆਂ ਦੇ ਜਾਂ ਕਿਸੇ ਦੇ ਵੀ ਘਰੇ ਹਰ ਕੋਈ ਆਪਣੀ ਹੈਸੀਅਤ ਦੇ ਹਿਸਾਬ ਨਾਲ ਨਾ ਉੱਥੇ ਪ੍ਰੋਗਰਾਮ ਰੱਖਦਾ ਕੋਈ ਸਿੰਗਰਾਂ ਨੂੰ ਸੱਦਦਾ ਕੋਈ ਕਿਸੇ ਨੂੰ ਸੱਦਦਾ ਅਤੇ ਕੋਈ ਸੱਭਿਆਚਾਰਕ ਪ੍ਰੋਗਰਾਮ ਵਾਲਿਆਂ ਨੂੰ ਕਈ ਤਾਂ ਸੱਭਿਆਚਾਰਕ ਪ੍ਰੋਗਰਾਮ ਵਾਲੇ ਬਹੁਤ ਵਧੀਆ ਹੁੰਦੇ ਨੇ ਐਂਡ ਕੰਮ ਕਰਦੇ ਨੇ ਜੀ ਨਜ਼ਾਰਾ ਬੰਨ ਦਿੰਦੇ ਨੇ ਜਿਹਦੇ ਪਿਓਰ ਕੁੜੀਆਂ ਨੇ ਪੰਜਾਬੀ ਡਰੈਸ ਪਾਈਆਂ ਹੁੰਦੀਆਂ ਨੇ ਘੱਗਰੇ ਅਤੇ ਮੁੰਡਿਆਂ ਨੇ ਐਨ ਤੁਰ ਲੈਣੀਆਂ ਪੱਗਾਂ ਜੇ ਉਹ ਲਟਰ ਮਟਰ ਸਭ ਕੁਛ ਬਣਿਆ ਹੁੰਦਾ ਪਰ ਕਈ ਸੱਭਿਆਚਾਰਕ ਪ੍ਰੋਗਰਾਮ ਇਸ ਵੀਡੀਓ ਦੇ ਬਾਅਦ 'ਚ ਮੈਂ ਤੁਹਾਨੂੰ ਕੁਛ ਕਲਿੱਪ ਦਿਖਾਊਂਗਾ ਤੁਸੀਂ ਵਿਆਹ 'ਚ ਹੁਣ ਇੱਦਾਂ ਦਾ ਤਾਂ ਹੁੰਦਾ ਨਹੀਂ ਗਾ ਕਿ ਇਕੱਲੇ ਮੁੰਡੇ ਕੁੰਡਿਆਂ ਦਾ ਹੁੰਦਾ ਬੀਬੀਆਂ ਮਾਵਾਂ ਭੈਣਾਂ ਸੜੀਆਂ ਦਾਦੀਆਂ ਨਾਤੀਆਂ ਸਾਈਆਂ ਸਾਰਾ ਰਿਸ਼ਤੇਦਾਰ ਮਤਲਬ ਪੂਰੀ ਕਹਿ ਲਓ ਕਿ ਪੂਰਾ ਜਿਹੜਾ ਲਾਣਾ ਹੁੰਦਾ ਪੂਰਾ ਹੁੰਦਾ ਵਿਆਹ 'ਤੇ ਆ ਜਿਹੜੀਆਂ ਬਾਅਦ 'ਚ ਮੈਂ ਵੀਡੀਓ ਕਲਿੱਪ ਲਾਊਂਗਾ ਤੁਸੀਂ ਉਹਨੂੰ ਜਾ ਕੇ ਦੇਖ ਕੇ ਦੱਸਿਓ ਕਿ ਸਾਡੇ ਸੱਭਿਆਚਾਰ ਖੁਦ ਨੂੰ ਕਹਿੰਦੇ ਹੁੰਦੇ ਵੱਡੇ ਵੱਡੇ ਬੋਰਡ ਬਣਾਏ ਹੁੰਦੇ ਨੇ ਪੰਜਾਬੀ ਸੱਭਿਆਚਾਰ ਇਹ ਸਾਰਾ ਕਿੱਥੋਂ ਦਾ ਸੱਭਿਆਚਾਰ ਆ ਕੌਣ ਕਿਉਂ ਇਹਨੂੰ ਸੱਭਿਆਚਾਰ ਇਹੋ ਜਿਹੇ ਸਟੈਪ ਸਾਡੀਆਂ ਮਾਵਾਂ ਦੇ ਮੂਹਰੇ ਹੁੰਦੇ ਨੇ ਅਤੇ ਕਿੱਦਾਂ ਦਾ ਮਹਿਸੂਸ ਹੁੰਦਾ ਖੂਨ ਤਾਂ ਖੋਲਦਾ ਹੋਣਾ ਪਰ ਕਈ ਜੰਗ ਬਲੱਡ ਨੇ ਜਿਹੜੇ ਸਾਡੇ ਵਰਗੇ ਮੁੰਡੇ ਖੁੰਡੇ ਉਹਨਾਂ ਨੂੰ ਤਾਂ ਇਹ ਬੜਾ ਐਂਡ ਵਾਲਾ ਨਜ਼ਾਰਾ ਲੱਗਦਾ ਜੀ ਵੀਡੀਓ ਖੁਦ ਵੀਡੀਓ ਬਣਾਉਂਦੇ ਉਲਟਾ ਉੱਪਰ ਜਾ ਕੇ ਉੱਤੇ ਵੀਡੀਓ ਬਣਾਉਂਦੇ ਨੇ ਪਰ ਇਹ ਨਹੀਂ ਜੀ ਦੇਖਿਆ ਸਾਡਾ ਬਜ਼ੁਰਗ ਜਿਹੜਾ ਲਾਣਾ ਹੁੰਦਾ ਜਿਹੜਾ ਮਾਵਾਂ ਤਾਵਾਂ ਜਿਹੜੀਆਂ ਬਜ਼ੁਰਗ ਜਿਹੜੇ ਹੁੰਦੇ ਆ ਉਹਨਾਂ ਨੂੰ ਦੇਖ ਕੇ ਕਿੱਦਾਂ ਲੱਗਦਾ ਦੱਸੋ ਆਪ ਮੈਨੂੰ ਤਾਂ ਇਹ ਸਿਰਫ ਇਹ ਪੁੱਛਣਾ ਕਿ ਇਹ ਮੋਹਰੇ ਲਾਣਾ ਦੇ ਪੰਜਾਬੀ ਸੱਭਿਆਚਾਰ ਸਾਰਾ ਕਿੱਥੋਂ ਦਾ ਸੱਭਿਆਚਾਰ ਹੈ ਕਿਹੜਾ ਸੱਭਿਆਚਾਰ ਆ ਵੀਡੀਓ ਦੇਖੋ ਲਾਣ ਤਾਂ ਮੈਨੂੰ ਪਤਾ ਤੁਸੀਂ ਜਿਹੜੇ ਤਾਂ ਹੈਗੇ ਚੰਗੇ ਜਿਹਨਾਂ ਨੂੰ ਤਾਂ ਪਤਾ ਇਹਨਾਂ ਚੀਜ਼ਾਂ ਬਾਰੇ ਉਹ ਤਾਂ ਪਾਉਣਗੇ ਜੀ ਲਾਣ ਤਾਂ ਆ ਜਿਹੜਾ ਯੰਗ ਬਲੱਡ ਆ ਉਹਨਾਂ ਨੇ ਦੇਖ ਕੇ ਕਹਿਣਾ ਬਾਬੇ ਬੜਾ ਐਂਡ ਕੰਮ ਭਲਕੇ ਨੂੰ ਜਦੋਂ ਤੁਸੀਂ ਹੈ ਨਾ ਉਹ ਹੋ ਜਾਣਾ ਕਿਤੇ ਜਵਾਨੀ ਦੀ ਪੈਰ ਟੱਪ ਜਾਣੀ ਆ ਅਤੇ ਉਹ ਦੂਜੇ ਵਾਲੇ ਮੌਸਮ 'ਚ ਪਹੁੰਚ ਜਾਣਾ ਵਾਲੇ 'ਚ ਫਿਰ ਤੁਸੀਂ ਵੀ ਇਹੀ ਕਹਿਣਾ ਕੁੱਤ ਕੀ ਕੁੱਤਾ ਕੰਮ ਆ ਵੈਸੇ ਕਈਆਂ ਦੀ ਜ਼ਮੀਰ ਜਗਦੀ ਵੀ ਹੁੰਦੀ ਆ ਅਤੇ ਕਈ ਇੱਦਾਂ ਕਰਦੇ ਵੀ ਅਤੇ ਖੜ੍ਹੇ ਪੈਰ ਜੇ ਕਿਤੇ ਨਾ ਇੱਕ ਅੱਧਾ ਬੰਦਾ ਉਹਨਾਂ ਨੂੰ ਰੋਕ ਦੇਵੇ ਇਹ ਸੱਭਿਆਚਾਰ ਜਿਹੜੇ ਖੁਦ ਨੂੰ ਕਹਿੰਦੇ ਨਾ ਕਦੇ ਮੁੜ ਕੇ ਇਹੋ ਜਿਹਾ ਗੰਦ ਨਹੀਂ ਪਾਉਣਗੇ ਨਿਆਣਿਆਂ ਨੂੰ ਕੀ ਦਿਖਾਉਣਾ ਇਹ ਤੁਹਾਡੇ 'ਤੇ ਸਾਡੇ ਮੀਡੀਆ ਵਾਲੇ ਵੀ ਬਹੁਤ ਆ ਜਿਹੜੇ ਇੱਦਾਂ ਦੇ ਪ੍ਰਮੋਟ ਕਰਦੇ ਆ ਉਹ ਕਈ ਤਾਂ ਹੈਗੇ ਯੂਟਿਊਬ ਚੈਨਲ 'ਤੇ ਵੀ ਇੱਦਾਂ ਹੈਗੇ ਤਾਂ ਹੈਗੇ ਆ ਜਿਹੜੇ ਨਾ ਨਾਲ ਸਾਡੇ ਕਿਸਾਨਾਂ ਦੀਆਂ ਨਿਊਜ਼ਾਂ ਦਿਖਾਉਣਗੇ ਅਤੇ ਧਰਨੇ 'ਤੇ ਬੈਠੇ ਅਤੇ ਥੱਲੇ ਇੱਧਰ ਐਂ ਜਿਹੜੀ ਆਹ ਲਾਈਨ ਹੁੰਦੀ ਅਤੇ ਆਹ ਲਾਈਨ ਹੁੰਦੀ ਨਾ ਜਿਹੜੀ ਸਾਈਡ ਵਾਲੀ ਇੱਥੇ ਕੀ ਚੱਲਦਾ ਹੋਊਗਾ ਉਹ ਵਸ਼ੀ ਕਰਨ ਕੇ ਮਾਹਰ ਵਿਛੜਾ ਹੋਇਆ ਪਿਆਰ ਹਾਸਿਲ ਕਰੇ ਉਹ ਹਰ ਤੂੰ ਲਾਣ ਤੋਂ ਤੁਹਾਡੇ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਗੁਰਬਾਣੀ ਨੂੰ ਮੰਨੋ ਦੂਜੇ ਪਾਸੇ ਇਹੋ ਜਿਹੀਆਂ ਐਡਾਂ ਚਲਾਉਂਦੇ ਹੋ ਉਹ ਚਾਰ ਪੈਸੇ ਲੈਣ ਨੂੰ ਬਸ ਆਹੀ ਕੰਮ ਰਹਿ ਗਿਆ ਅਕਲ ਨੂੰ ਹੱਥ ਮਾਰੋ ਜੇ ਕਿਸੇ ਨੂੰ ਚੰਗੀ ਸਿਹਤ ਨਹੀਂ ਦੇ ਸਕਦੇ ਨਾ ਇੱਦਾਂ ਦੇ ਪੁੱਠੇ ਪਸਨੇ ਵੀ ਨਾ ਲਾਓ ਉਹ ਤੁਹਾਡੇ ਪਿੱਛੇ ਲਾ ਕੇ ਪਤਾ ਨਹੀਂ ਕਿੰਨੇ ਜਣੇ ਲੋਕ ਪੈਸਾ ਆਪਣੇ ਖਰਾਬ ਕਰ ਲੈਂਦੇ ਆ ਅਕਲ ਨੂੰ ਹੱਥ ਮਾਰੋ ਮੈਨੂੰ ਪਹਿਲਾਂ ਹੀ ਪਤਾ ਸੀਗਾ ਕਈਆਂ ਨੂੰ ਵੀਡੀਓ ਕੌੜੀ ਲੱਗੂਗੀ ਡਿਸਲਾਈਕ ਆਉਣਗੇ ਆਉਣ ਦਿਓ ਕੋਈ ਚੱਕਰ ਨਹੀਂ ਆਪਾਂ ਲਾਈਕਾਂ ਲੁਈਕਾਂ ਲਈ ਵੀਡੀਓ ਬਣਾਈ ਦੀ ਨਹੀਂ ਹੈਗੀ ਬਸ ਦੇਖ ਲਿਓ ਦਿਖਾ ਦਿਓ ਅੱਗੇ ਇੱਕ ਫਤਿਹਵੀਰ ਸਿੰਘ ਬੜਾ ਮਾੜਾ ਹੋਇਆ ਸੀ ਜਦੋਂ ਉਹ ਨਿਆਣਾ ਬੋਰਡ ਡਿੱਗਿਆ ਸੀ ਪਰ ਸਾਡੇ ਵਾਲੇ ਮੀਡੀਆ ਵਾਲੇ ਕੀ ਦਿਖਾਉਣ ਡੇ ਕੁਦਰਤ ਦਾ ਕ੍ਰਿਸ਼ਮਾ ਉਹ 11 ਤਰੀਕ ਨੂੰ ਮੁੱਕਾ ਸੀ 11 ਤਰੀਕ ਨੂੰ ਨਿਆਣਾ ਜੰਮ ਗਿਆ ਵਧੀਆ ਗੱਲ ਆ ਯਾਰ ਉਹਨਾਂ ਦੇ ਘਰੇ ਨਿਆਣਾ ਜੰਮਿਆ ਖੁਸ਼ੀ ਆਈ ਵਧੀਆ ਗੱਲ ਆ ਪਰ ਕੀ ਮਰਿਆ ਬੰਦਾ ਦੁਬਾਰਾ ਵਾਪਸ ਆ ਜਾਂਦਾ ਉਹ ਜੇ ਉਹ ਫਤਿਹਵੀਰ ਉਹਨੂੰ ਕਿੰਨੇ 3 ਸਾਲਾਂ ਦਾ ਸੀ ਅੱਜ ਕਿੰਨੇ ਸਾਲਾਂ ਦਾ ਹੋ ਜਾਣਾ ਸੀ ਸੋਚੋ ਕਦੇ ਖੁਸ਼ੀ ਉਹਨਾਂ ਦੇ ਘਰੇ ਆਈ ਵਧੀਆ ਗੱਲ ਆ ਪਰ ਉਹਨੂੰ ਇੱਦਾਂ ਨਾ ਪਖੰਡਵਾਦ 'ਚ ਪ੍ਰਮੋਟ ਤਾਂ ਨਹੀਂ ਕਰੋ ਉਹ ਜੇ ਤਾਂਤਰੀਆਂ ਤੋਂ ਦੂਰ ਰਹੋ ਤਾਂ ਵਧੀਆ ਗੱਲ ਆ ਉਹ ਬਾਬੇ ਦੀ ਗੁਰਬਾਣੀ ਨੇ ਦੇ ਮੂਹਰੇ ਸੱਚੇ ਦਿਲੋਂ ਮੱਥਾ ਟੇਕੋ ਸਾਰੇ ਕੁਛ ਮਿਲ ਜਾਂਦਾ ਇਹੋ ਜਿਹਿਆਂ ਦੇ ਪਿੱਛੇ ਘੁੰਮਣਾ ਕੁੱਖ ਨਹੀਂ ਹੁੰਦਾ ਜਿਹਨਾਂ ਦੀਆਂ ਐਡਾਂ ਕੁਛ ਗਿਣੇ ਚੁਣੇ ਸਾਡੇ ਮਸ਼ਹੂਰ ਮੀਡੀਆ ਵਾਲੇ ਲਾਉਂਦੇ ਨੇ ਚਲੋ ਬਸ ਅਲੀ ਨਹੀਂ ਰੱਬ ਰੱਖਾ।